हेलो स्टूडेंट्स, तुहाडा सब दा साडे यूट्यूब चैनल दे उपर स्वागत है। अज डीयर स्टूडेंट्स तुहाडे नाल कंकरेंट डेविएशन मैथड दे बारे डिस्कशन होएगी। कंकरेंट डेविएशन मैथड कोफिशियंट ऑफ कोरलेशन नू फाइंड आउट करन तुहाडी हैल्प करेगा। कोफिशियंट ऑफ कोरलेशन नू फाइंड आउट करन दे मेनली साडे कोल थ्री मैथड्स ने। वन इज हैगा जी कार्ल पियर्सनस कोफिशियंट ऑफ कोरलेशन, सैकेंड वन इज स्पीयरमैनस कोफिशियंट ऑफ कोरलेशन जिन्हों आप रैंक मैथड भी बोलते हैं, एंड थर्ड वन इज कंकरेंट डेविएशन मैथड। तो स्टूडेंट जोड़ा कंकरेंट डेविएशन मैथड है ये किस तरह वर्क करता है, ठीक है, किस तरह कैल कोरलेशन कैलकुलेट करेगा वो तुम्हें मैं दसदा है। देखो भी स्टूडेंट्स, ये डायरैक्शन बेस्ड मैथड है। ये ऑन द बेसिस ऑफ डायरैक्शन जिहड़ी कोफिशियंट ऑफ कोरलेशन नू फाइंड आउट करन दी कोशिश करूगा। किस तरह, देखो इत्थे असी ना डेविएशन चेक करांगे, उहनू असी बोलदे हुंदे आं डेविएशन साइन, डेविएशन साइन, ठीक है जी। डेविएशन साइन जिवें मान लो सपोज मैं सब तो पहला डी एक्स कैलकुलेट करूँगा, इत्थे जिहड़ा डी एक्स आ दैट स्टैंडस फॉर डेविएशन, बट इत्थे डेविएशन आपां कोई फ्रॉम अज्यूम्ड मीन या फ्रॉम एक्चुअल मीन नहीं कैलकुलेट करनी, इत्थे आपां डेविएशन कैलकुलेट करनी आ करंट वैल्यू दी प्रसीडिंग वैल्यू, ठीक है, जिहड़ी प्रीवियस वैल्यू हैगी आ आपां उहदे नाल कंपैरिजन करना करंट वैल्यू दा, ते देखना कि जिहड़ी वैल्यू है उह च की चेंज आई। चेंज दा मतलब कि उह वैल्यू इनक्रीज़ हुई या डिक्रीज़ हुई या उस च नो चेंज आई। जेकर तां तुहाडी करंट वैल्यू, ठीक है जी, करंट वैल्यू प्रीवियस वैल्यू नालों इनक्रीज़ होगी दैन असी पॉजिटिव साइन अलॉट करांगे, मतलब इनक्रीज़ दा मतलब पॉजिटिव, ठीक है जी। जेकर वैल्यू प्रीवियस वैल्यू करंट वैल्यू प्रीवियस वैल्यू नालों डिक्रीज़ कर गई दैन असी माइनस दा साइन अलॉट करांगे। अगर कोई चेंज नहीं है, मान लो सपोज जिहड़ी तुहाडी करंट वैल्यू है ਉਹ ਸੇਮ ਹੈ ਐਜ਼ ਆਫ ਪ੍ਰੀਵੀਅਸ ਵੈਲਿਊ, ਦੈਨ ਨੋ ਚੇਂਜ, ਤਾਂ ਉੱਥੇ ਆਪਾਂ ਜ਼ੀਰੋ ਅਸਾਈਨ ਕਰਾਂਗੇ, ਠੀਕ ਹੈ ਜੀ। ਤਾਂ ਇੱਥੇ ਸਟੂਡੈਂਟ ਸਮਝ ਗਏ ਹੋਣਗੇ ਜਿਹੜੀ ਡੈਵੀਏਸ਼ਨ ਆ, ਅਸੀਂ ਡੈਵੀਏਸ਼ਨ ਦੀ ਵੈਲਿਊ ਦੇ ਨਾਲ ਕੋਈ ਕੰਸਰਨਡ ਨਹੀਂ ਹੈਗੇ, ਅਸੀਂ ਇੱਥੇ ਵੈਲਿਊ ਨਹੀਂ ਕੈਲਕੂਲੇਟ ਕਰਾਂਗੇ, ਅਸੀਂ ਓਨਲੀ ਡਾਇਰੈਕਸ਼ਨ ਦੇਖਣੀ ਆ ਕਿ ਵੈਦਰ ਕਰੰਟ ਵੈਲਿਊ ਪ੍ਰੀਵੀਅਸ ਵੈਲਿਊ ਦੇ ਕੰਪੈਰੇਟਿਵਲੀ ਇਨਕਰੀਜ਼ ਕੀਤੀ ਜਾਂ ਡਿਕਰੀਜ਼ ਕੀਤੀ, ਕਿੰਨਾ ਇਨਕਰੀਜ਼ ਕੀਤੀ ਕਿੰਨਾ ਡਿਕਰੀਜ਼ ਕੀਤੀ, ਇਸ ਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈਗਾ, ਠੀਕ ਹੈ ਜੀ। ਤਾਂ ਇਸੇ ਕਰਕੇ ਜਿਹੜਾ ਕੰਕਰੈਂਟ ਡੇਵੀਏਸ਼ਨ ਮੈਥਡ ਹੈ ਇਹ ਓਨਲੀ ਡਾਇਰੈਕਸ਼ਨ ਡਾਇਰੈਕਸ਼ਨਸ 'ਤੇ ਬੇਸਡ ਕੋਫੀਸ਼ੀਐਂਟ ਆਫ ਕੋਰਲੇਸ਼ਨ ਨੂੰ ਫਾਈਂਡ ਆਊਟ ਕਰੇਗਾ। ਦੇਖੋ ਜੀ, ਜਿਵੇਂ ਸਟੂਡੈਂਟਸ ਆਪਾਂ ਐਕਸ ਸੀਰੀਜ਼ ਦੀਆਂ ਡੇਵੀਏਸ਼ਨਸ ਨਿਕਾਲ ਲਈਏ ਪਹਿਲਾਂ, ਠੀਕ ਹੈ। ਤਾਂ ਹੁਣ ਜਿਵੇਂ ਆਪਾਂ ਪਹਿਲੀ ਵੈਲਿਊ 'ਤੇ ਪਹੁੰਚੇ, ਇਹ ਸਾਡੀ ਕਰੰਟ ਵੈਲਿਊ ਹੋ ਗਈ, ਇਸ ਦੀ ਪ੍ਰੀਵੀਅਸ ਵੈਲਿਊ ਸਾਨੂੰ ਗਿਵਨ ਨਹੀਂ ਹੈ, ਸੋ ਦੈਟਸ ਵਾਈ ਅਸੀਂ ਇੱਥੇ ਨਾ ਨਿਲ ਲਿਖ ਦਾਂਗੇ। ਨਿਲ ਮਤਲਬ ਕਿ ਅਸੀਂ ਇਹਨੂੰ ਕੈਲਕੂਲੇਟ ਨਹੀਂ ਕਰ ਸਕਦੇ। ਹੁਣ ਸਾਡੇ ਕੋਲ ਜਿਹੜੀ ਨੈਕਸਟ ਆ ਉਹ 125 ਆ, ਦਿਸ ਇਜ਼ ਆਰ ਕਰੰਟ ਵੈਲਿਊ, ਆਹ ਸਾਡੀ ਕੀ ਹੋ ਗਈ ਪ੍ਰੀਵੀਅਸ ਵੈਲਿਊ। ਹੁਣ ਕਰੰਟ ਵੈਲਿਊ ਪ੍ਰੀਵੀਅਸ ਤੋਂ ਇਨਕਰੀਜ਼ ਕਰ ਗਈ, ਸਾਈਨ ਕਿਆ ਕਰ ਦਿਓ ਪਲੱਸ ਦਾ। ਫਿਰ ਨੈਕਸਟ ਆ ਜਾਓ 126, 120, ਹੁਣ ਇਹ ਕਰੰਟ ਵੈਲਿਊ ਹੈ ਇਹ ਪ੍ਰੀਵੀਅਸ ਹੋ ਗਈ, 126 ਜਿਹੜਾ ਹੈਗਾ ਉਹ ਵਧਿਆ ਹੈਗਾ ਇਨਕਰੀਜ਼ ਕੀਤਾ, ਫਿਰ ਸਾਈਨ ਕਾਹਦਾ ਅਲੋਟ ਕਰ ਦਿਓ ਜੀ ਪਲੱਸ ਦਾ। 126 ਤੋਂ ਅੱਗੇ ਫਿਰ ਆਪਾਂ 118 'ਤੇ ਆ ਗਏ, ਯਾਨੀ ਕਿ 118 'ਤੇ ਆ ਗਏ, ਠੀਕ ਹੈ, ਵੈਲਿਊ ਡਿਕਰੀਜ਼ ਕਰ ਗਈ, ਸਾਈਨ ਮਾਈਨਸ ਦਾ। ਦੈਨ 118 ਤੋਂ ਬਾਅਦ 118, ਨੋ ਚੇਂਜ, ਦੈਨ ਸਾਈਨ ਕਾਹਦਾ ਵੀ ਅਤੇ ਜ਼ੀਰੋ ਆ ਜੂਗੇ, ਆਪਾਂ ਇੱਥੇ ਜ਼ੀਰੋ ਸਾਈਨ ਕਰਾਂਗੇ, ਠੀਕ ਹੈ, ਨੋ ਚੇਂਜ ਲਈ ਜ਼ੀਰੋ ਹੈ, ਠੀਕ ਹੈ। ਜੇ ਇਨਕਰੀਜ਼ ਹੋ ਰਹੀ ਪੋਜ਼ਿਟਿਵ, ਅਤੇ ਜੇ ਡਿਕਰੀਜ਼ ਹੈ ਤਾਂ ਨੈਗੇਟਿਵ। ਦੇਖੋ ਫਿਰ 118 ਤੋਂ 121 ਇਨਕਰੀਜ਼ ਕਰ ਗਏ, ਸਾਈਨ ਪਲੱਸ। ਫਿਰ 121 ਤੋਂ 125 ਇਨਕਰੀਜ਼ ਕਰ ਗਏ, ਸਾਈਨ ਕਾਹਦਾ ਜੀ ਪਲੱਸ ਦਾ। ਦੈਨ ਦਰ ਇਜ਼ ਨੋ ਚੇਂਜ, 125 ਤੋਂ 125, ਇਟ ਮੀਨਸ ਅਲੋਟ ਜ਼ੀਰੋ। ਫਿਰ ਸਟੂਡੈਂਟਸ ਆਪਾਂ ਕਿੱਥੇ ਪਹੁੰਚ ਗਏ, 125 ਟੂ 131, ਸੋ ਇੱਥੇ ਫਿਰ ਇਨਕਰੀਜ਼, ਸਾਈਨ ਪਲੱਸ ਦਾ। ਦੈਨ ਫਿਰ ਇਨਕਰੀਜ਼, ਸਾਈਨ ਕਾਹਦਾ ਜੀ ਪਲੱਸ ਦਾ। ਤਾਂ ਇਨ ਦਿਸ ਵੇ ਸਟੂਡੈਂਟਸ ਆਪਾਂ ਜਿਹੜੀ ਐਕਸ ਦੀਆਂ ਜਿਹੜੀਆਂ ਡਾਇਰੈਕਸ਼ਨਸ ਆ ਉਹ ਚੈੱਕ ਕਰ ਲਈਆਂ, ਠੀਕ ਹੈ। ਕਰੰਟ ਵੈਲਿਊ ਨੂੰ ਆਪਾਂ ਪ੍ਰੀਵੀਅਸ ਵੈਲਿਊ ਨਾਲ ਕੰਪੇਅਰ ਕਰਕੇ ਡਾਇਰੈਕਸ਼ਨ ਚੈੱਕ ਕਰ ਲਈ। ਸਿਮੀਲਰਲੀ ਆਪਾਂ ਇਹੀ ਡੈਵੀਏਸ਼ਨ ਸਾਈਨ ਜਿਹੜੇ ਹੈਗੇ ਆ, ਠੀਕ ਹੈ ਜੀ, ਡੈਵੀਏਸ਼ਨ ਸਾਈਨ ਡੀ ਵਾਈ ਲਈ ਕੈਲਕੂਲੇਟ ਕਰਾਂਗੇ, ਠੀਕ ਹੈ ਜੀ। ਤਾਂ ਸਭ ਤੋਂ ਪਹਿਲੀ ਵੈਲਿਊ ਲਈ ਸੇਮ ਜੇ ਅਸੀਂ ਨਿਲ ਲਿਖ ਦਾਂਗੇ, ਡਨ ਵੀ ਸਟੂਡੈਂਟਸ। ਹੁਣ 106 ਤੋਂ ਨੈਕਸਟ ਵੈਲਿਊ ਜਿਹੜੀ ਹੈਗੀ ਆ 102 ਆ,
तो यह डिक्रीज कर रही है तो स्टूडेंट्स इतने डिक्रीज साइन माइनस आ जू दैन नो चेंज है जी दैन साइन सॉरी वैल्यू जीरो साइन कर दो फिर 102 तो 104 होगी इनक्रीज होगी साइन की दे दो जी प्लस का दैन फिर डिक्रीज करगी अगली वैल्यू दैन साइन माइनस दैन फिर डिक्रीज साइन माइनस का दैन फिर दैन इनक्रीज है साइन प्लस दैन नो चेंज साइन जीरो दैन फॉल है जी साइन नैगेटिव दैन फिर फॉल है जी साइन नैगेटिव का इन दिस वे स्टूडेंट तुसी जिहड़ी हैगी आ ए डेविएशन साइन जिहड़े हैगे आ ओह निकाल ले उस तो बाद तुसी की करना इन्हां दी मल्टीप्लीकेशन करनी है साइंस की ठीक है जी क्लीयर स्टार्टिंग ते स्टूडेंट्स नीली आऊगा तो इत्थे मैं एक सिंपल जिहा फंडा दसदा स्टूडेंट ठीक है जिथे तुहानू सिमिलर साइन नज़र आउणगे सिमिलर साइन ठीक है जी उत्थे तुसीं प्लस अलॉट कर दो जिथे तुहानू मतलब कि डिफरेंट साइन नज़र आउणगे माइनस जिवें कि तुसीं ये पेयर चैक करने है ना जिवें ए प्लस आ ए माइनस है डिफरेंट साइन है ठीक है जी मैच नहीं करते सिमिलर नहीं है तुसीं माइनस लगा दो इत्थे प्लस इत्थे जीरो फिर नहीं मैच करते माइनस ए प्लस ठीक है जी ए सॉरी माइनस ए प्लस फिर नहीं मैच करते माइनस जीरो ते माइनस मैच नहीं करते माइनस ए प्लस है ए माइनस है मैच नहीं करते माइनस ए प्लस ठीक है स्टूडेंट्स मैच कर गए तो आप प्लस देना है यानी कि स्टूडेंट जिथे साइन मैच करे डेविएशन दे उत्थे आप प्लस साइन देना है ठीक है जी जे मान लो स्टूडेंट्स अपने को डी एक्स आ डी वाई है जेकर इतने प्लस है इतने प्लस है तो इतने भी प्लस आऊगा माइनस माइनस है तो भी प्लस जीरो जीरो है तो भी प्लस यानी कि जेकर दोनों डी एक्स से डी वाई के साइन जेडे सिमिलर आ दैन तुसी प्लस असाइन करना अदरवाइज अदरवाइज ठीक है जी माइनस साइन तुसी जेड़ा हैगा लगा देना हैगा कि जेकर मैच नहीं करते तो हम देखो स्टूडेंट्स जीरो ते जीरो मैच कर गए साइन तुसी प्लस लगा दो प्लस ते माइनस मैच नहीं करते माइनस असाइन प्लस ते माइनस मैच नहीं करते साइन कादा जी माइनस का तो स्टूडेंट्स इन्ना करन तो बाद तुसी क्या करना होंदा इस मैथड दे विच हाँ जी भी स्टूडेंट्स तो आप इतने हम जी कैलकुलेशन करा तो जी थोड़ी कंकरन डेविएशन मैथड के नाल कोरलेशन निकलेगी उसका जो फार्मूला है स्टूडेंट्स वो ए वाला है अंडररूट ठीक है जी इतने स्टूडेंट्स प्लस माइनस है टू सी माइनस एन ओवर एन प्लस माइनस ठीक है जी ये सारा स्टूडेंट्स मैं तुम दसूँगा तो सब तो पहला तो तुम एन ते आओ वट इज़ द मीनिंग ऑफ एन तो स्टूडेंट जिन्हें सोडे को नंबर ऑफ पेयर्स ने उन्होंने वन माइनस करके सोडे को एन आएगी देखो वन टू थ्री फोर फाइव सिक्स सैवन एट नाइन तो टेन सोडे को टेन पेयर सीगे ठीक है जी और चो वन माइनस करके सोडे को जी समॉल एन है दैट इज़ ऑफ नाइन आ गई ठीक है ये नाइन स्टूडेंट्स इस करके ले क्योंकि जी सब तो फस्ट वैल्यू होंगी है असी उसका डेविएशन साइन नहीं निकाल सकते इस करके असी उन्हों एक्सकलूड कर देने हैं असी सिर्फ उन्हीं वैल्यूज़ नू ही लेने हैगे जिन्हों का साढ़े को डेविएशन साइन होंगे ठीक है जी उस तो बाद स्टूडेंट्स मोस्ट इंपॉर्टेंट जी है दैट इज सी सी का मतलब होंगे स्टूडेंट्स नंबर ऑफ कंकरंट डेविएशंस ठीक है जी सी स्टैंड्स फॉर नंबर ऑफ कंकरंट डेविएशंस कंकरंट डेविएशंस मतलब जिथे तुहानू सिमिलर साइन मिले ठीक है जी जिथे तुहानू सिमिलर साइन मिले तुसी वह काउंट करना है तो उहदे लई स्टूडेंट्स आपां ऑलरेडी आ चीज़ कैलकुलेट की हुई है डी एक्स इंटू डी वाई ठीक है जिथे जिथे साइन प्लस का है वह काउंट कर लो एक तो इत्थे स्टूडेंट्स प्लस का साइन है एक इत्थे इट मीन साडी कोल जिहड़ी सी आ दैट इज़ टू आ उहदी वैल्यू इहदा मतलब यह होया कि जिहड़े सोडे सिमिलर साइन वाले पेयर ने वह दो ने वह कित्थे सी स्टूडेंट्स एक ता सी प्लस ते प्लस प्लस जीरो ते जीरो प्लस मतलब कि तुसी जो डेविएशनस की मल्टीप्लाई करते हो तो उत्थे जिहड़े साइन तुहाडे कोल पॉजिटिव आउणगे डेविएशनस की मल्टीप्लाई करके जिहड़े साइन तुहाडे कोल पॉजिटिव होणगे वह इस गल का इंडीकेशन होंदे कि उत्थे तुहाडे जिहड़े साइन है वह सिमिलर है आपां कंकरंट
ਜਿਹੜਾ ਵਰਡ ਹੈ ਨਾ ਉਹਦਾ ਦਾ ਮਤਲਬ ਹੁੰਦਾ ਸਿਮੀਲਰ, ਜਿਹੜੀ ਚੀਜ਼ ਆਪਾਂ ਇੱਥੋਂ ਪਿਕ ਕਰ ਲਈ, ਠੀਕ ਹੈ, ਸਿਮੀਲਰ ਸਾਈਨ ਪਿਕ ਕਰ ਲਿਓ ਟੂ ਨੇ। ਤਾਂ ਹੁਣ ਸਟੂਡੈਂਟਸ ਆਪਾਂ ਫਾਰਮੂਲੇ 'ਚ ਵੈਲਿਊ ਪੁੱਟ ਕਰਾਂਗੇ, ਠੀਕ ਹੈ, ਜਿਵੇਂ ਈਕੁਅਲਸ ਟੂ ਪਲੱਸ ਮਾਈਨਸ, ਠੀਕ ਹੈ ਜੀ, ਤਾਂ ਫਿਰ ਪਲੱਸ ਮਾਈਨਸ ਸਟੂਡੈਂਟਸ 2c ਮਾਈਨਸ n, ਤਾਂ 2 ਇੰਟੂ ਸੀ ਤਾਂ 4 ਬਣ ਗਿਆ ਸਟੂਡੈਂਟਸ, ਠੀਕ ਹੈ ਜੀ, ਤਾਂ 4 ਮਾਈਨਸ n ਓਵਰ 9, ਠੀਕ ਹੈ ਜੀ, ਕਲੀਅਰ, n ਦੀ ਵੈਲਿਊ 9 ਹੈ। ਤਾਂ ਸਟੂਡੈਂਟਸ ਹੁਣ ਇੱਕ ਚੀਜ਼ ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹੁੰਦਾ ਸੀ, ਜਿਹੜੇ ਅਸੀਂ ਪਲੱਸ ਮਾਈਨਸ ਇਹ ਸਾਈਨ ਲਗਾਏ ਆ ਉਹ ਇਸ ਕਰਕੇ ਲਗਾਏ ਆ ਤਾਂ ਜਿਹੜੀ ਕੋਫੀਸ਼ੀਐਂਟ ਆਫ ਕੋਰਲੇਸ਼ਨ ਹੈ ਉਹ ਨੈਗੇਟਿਵ ਵੀ ਆ ਸਕਦੀ ਆ। ਜੇ ਨੈਗੇਟਿਵ ਆਊਗੀ, ਜੇ ਮੰਨ ਲਓ ਸਪੋਜ਼ ਆਪਾਂ ਇਹ ਸਾਈਨ ਨਾ ਲਗਾਉਂਦੇ, ਹੈ ਨਾ, ਹੁਣ ਅੰਦਰ ਅੰਡਰੂਡ ਦੇ ਵੈਲਿਊ ਨੈਗੇਟਿਵ ਆ ਜਾਂਦੀ, ਉਹਨੂੰ ਆਪਾਂ ਸੋਲਵ ਨਹੀਂ ਕਰ ਸਕਦੇ ਸੀ। ਆਪਾਂ ਫਿਰ ਕੀ ਕੀਤਾ, ਠੀਕ ਹੈ, ਇਹ ਸਾਈਨ ਲਗਾ ਕੇ ਜੋ ਵੀ ਕੋਫੀਸ਼ੀਐਂਟ ਆਫ ਕੋਰਲੇਸ਼ਨ ਦਾ ਸਾਈਨ ਹੋਊਗਾ ਉਹਨੂੰ ਅਸੀਂ ਰਿਟੇਨ ਕਰ ਲਾਂਗੇ, ਮਤਲਬ ਉਹ ਸਾਡੇ ਕੋਲ ਰਹਿ ਜੂਗਾ। ਤਾਂ ਦੇਖੋ ਇਹ ਕਿਵੇਂ ਹੋਏਗਾ, ਤਾਂ ਜਿਵੇਂ ਸਟੂਡੈਂਟਸ ਇਹ ਸਾਰਾ ਤੁਸੀਂ ਸੋਲਵ ਕਰੋਗੇ ਤਾਂ ਇਹ ਆਪਣੇ ਕੋਲ ਆਏਗਾ ਜੀ, ਮਤਲਬ ਪਲੱਸ ਮਾਈਨਸ 5 ਓਵਰ ਕਿਆ ਜੀ, 9, ਠੀਕ ਹੈ ਸਟੂਡੈਂਟਸ, ਮਾਈਨਸ 5 ਓਵਰ 9। ਹੁਣ ਕੀ ਹੈ, ਏ ਮਾਈਨਸ ਨਾਲ ਏ ਮਾਈਨਸ ਪਲੱਸ ਹੋ ਜੂਗਾ, ਇੱਕ ਵਾਰ ਸੋਲਵ ਹੋ ਜੂਗਾ, ਠੀਕ ਹੈ, ਅਤੇ ਬਾਅਦ ਦੇ ਵਿੱਚ ਜਦੋਂ ਇਹ ਸੋਲਵ ਹੋ ਜੂਗਾ ਤਾਂ ਜਿਵੇਂ ਸਟੂਡੈਂਟਸ ਇਹ ਸਾਰਾ ਸੋਲਵ ਹੋ ਕੇ ਮੰਨ ਲਓ ਤੁਹਾਡੇ ਕੋਲ 0.75 ਆ ਗਿਆ, ਬਾਅਦ ਦੇ ਵਿੱਚ ਅਸੀਂ ਫਿਰ ਮਾਈਨਸ ਲਗਾ ਦਾਂਗੇ, ਕਲੀਅਰ ਨਾ, ਕਿਉਂਕਿ ਐਕਚੁਅਲ ਦੇ ਵਿੱਚ ਜਿਹੜੀ ਤੁਹਾਡੀ ਕੋਰਲੇਸ਼ਨ ਆ, ਠੀਕ ਹੈ, ਉਹ ਨੈਗੇਟਿਵ ਆ। ਉਹ ਕਿੱਥੋਂ ਪਤਾ ਚੱਲ ਜਾਂਦਾ ਹੁੰਦਾ, ਜਿਹੜੀ ਤੁਹਾਡੇ ਇਹਦੇ ਅੰਦਰ ਵੈਲਿਊ ਆਊਗੀ, ਜਿਵੇਂ ਹੁਣ ਇਹ ਮਾਈਨਸ ਹੈ, ਠੀਕ ਹੈ ਜੀ, ਕਲੀਅਰ ਨਾ, ਤਾਂ ਉਹ ਤੋਂ ਪਤਾ ਚੱਲ ਜਾਂਦਾ ਕਿ ਜਿਹੜੀ ਕੋਫੀਸ਼ੀਐਂਟ ਆਫ ਕੋਰਲੇਸ਼ਨ ਉਹ ਨੈਗੇਟਿਵ ਆ। ਤਾਂ ਕਿਉਂਕਿ ਅਸੀਂ ਅੰਡਰਰੂਟ ਦੇ ਅੰਦਰ ਕੋਈ ਨੈਗੇਟਿਵ ਵੈਲਿਊ ਨੂੰ ਸੋਲਵ ਨਹੀਂ ਕਰ ਸਕਦੇ, ਇਸ ਕਰਕੇ ਅਸੀਂ ਉਹਦੇ ਅੰਦਰ ਵੀ ਮਾਈਨਸ ਮਲਟੀਪਲਾਈ ਕਰਵਾਤਾ, ਠੀਕ ਹੈ ਜੀ, ਤਾਂ ਫਿਰ ਉਹ ਮਾਈਨਸ ਮਾਈਨਸ 'ਚ ਇੱਕ ਮਾਈਨਸ ਬਾਹਰ ਆ ਜਾਏਗਾ, ਠੀਕ ਹੈ ਜੀ, ਤਾਂ ਜੋ ਸਾਨੂੰ ਸਾਈਨ ਜਿਹੜਾ ਹੈਗਾ ਉਹ ਪਤਾ ਚੱਲ ਸਕੇ, ਕਲੀਅਰ। ਤਾਂ ਇਹ ਹੈ ਜੀ ਸਟੂਡੈਂਟ ਤੁਹਾਡੀ ਜਿਹੜੀ ਕੰਕਰੰਟ ਡੈਵੀਏਸ਼ਨ ਮੈਥਡ ਦੇ ਨਾਲ ਜਿਹੜੀ ਕੋਰਲੇਸ਼ਨ ਦੀ ਵੈਲਿਊ ਆਈ ਹੈ, ਦੈਟ ਇਜ਼ ਮਾਈਨਸ 0.75, ਦੈਟ ਇਜ਼ ਦੈਟ ਸਟੈਂਡਸ ਫੋਰ ਕੀ ਬਈ ਮਾਈਨਸ ਦਾ ਸਾਈਨ ਮਤਲਬ ਤੁਹਾਡੀ ਕੋਰਲੇਸ਼ਨ ਜਿਹੜੀ ਆ ਉਹ ਨੈਗੇਟਿਵ ਆ, ਯਾਨੀ ਕਿ ਉਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਨੈਗੇਟਿਵ ਆ, ਠੀਕ। 0.75 ਜਿਹੜੀ ਉਹ ਵੈਲਿਊ ਹੈ, ਠੀਕ ਹੈ ਜੀ, ਜਿਹੜੀ ਇਹ ਦੱਸਣ ਦੀ ਕੋਸ਼ਿਸ਼ ਕਰੂਗੀ ਕਿ ਕੋਰਲੇਸ਼ਨ ਕਿੰਨੀ ਕੁ ਸਟਰੋਂਗ ਆ ਜਾਂ ਵੀਕ ਆ। ਤਾਂ ਤੁਹਾਨੂੰ ਸਟੂਡੈਂਟਸ ਪਤਾ ਹੀ ਆ, ਜਿੰਨਾ ਆਂਸਰ 1 ਦੇ ਕਲੋਜ਼ ਹੋਏਗਾ ਓਨੀ ਕੋਰਲੇਸ਼ਨ ਦੀ ਜਿਹੜੀ ਸਟਰੈਂਥ ਆ ਉਹ ਜ਼ਿਆਦਾ ਹੁੰਦੀ ਹੈ। ਤਾਂ 0.75 ਇਜ਼ ਕਲੋਜ਼ ਟੂ 1, ਮਤਲਬ ਆਪਾਂ ਨੀਅਰ ਕਲੋਜ਼ ਟੂ 1 ਕਹਿ ਸਕਦੇ ਹਾਂ, ਨੋਟ ਮਤਲਬ ਨਾ ਹੀ ਬਹੁਤ ਜ਼ਿਆਦਾ ਨੇੜੇ ਆ ਅਤੇ ਨਾ ਹੀ ਬਹੁਤ ਜ਼ਿਆਦਾ ਦੂਰ ਆ। ਤਾਂ ਆਪਾਂ ਇੱਥੇ ਗੁੱਡ ਕੋਰਲੇਸ਼ਨ ਕਹਿ ਸਕਦੇ ਹਾਂ ਕਿ ਬਈ ਜਿਹੜੀ ਐਜ਼ ਪਰ ਕੰਕਰੰਟ ਡੈਵੀਏਸ਼ਨ ਮੈਥਡ ਜਿਹੜੇ ਦੋਨੋਂ ਵੇਰੀਏਬਲ ਆ ਉਹ ਗੁੱਡ ਕੋਰਲੇਸ਼ਨ ਸ਼ੋ ਕਰ ਰਹੇ ਆ, ਠੀਕ ਹੈ ਸਟੂਡੈਂਟਸ। ਤਾਂ ਇਹ ਸੀਗਾ ਜੀ ਤੁਹਾਡਾ ਕੰਕਰੰਟ ਡੈਵੀਏਸ਼ਨ ਮੈਥਡ, ਹੋਪਸ ਤੁਹਾਨੂੰ ਅੰਡਰਸਟੈਂਡ ਹੋਇਆ ਹੋਏਗਾ। ਥੈਂਕ ਯੂ ਬਈ।